ਹਾਂਜੀ ਦੋਸਤੋ, ਪੰਜਾਬ ਆਪ ਦੇਖ ਰਹੇ ਹੋ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀਆਂ ਕੁਝ ਖਾਸ ਅਤੇ ਵੱਡੀਆਂ ਅਪਡੇਟਸ ਕਵਰ ਕਰਾਂਗੇ। ਮੋਸਟਲੀ ਅਪਡੇਟਸ ਬਾਈ ਸਿੱਧੂ ਮੂਸੇਆਲ ਨਾਲ ਜੁੜੀਆਂ ਹੋਈਆਂ ਨੇ। ਫਸਟ ਆਫ ਆਲ ਗੱਲਬਾਤ ਅਮਰਿੰਦਰ ਗਿੱਲ ਦੀ ਕਰਾਂਗੇ। ਜੁਦਾ 3 ਦਾ ਦੂਜਾ ਚੈਪਟਰ ਰਿਲੀਜ਼ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਖਾਣ ਪੈਣੀ ਅਤੇ ਸ਼ਿਪਰਾ ਗੋਇਲ ਦਾ ਟਰੈਕ ਰਿਲੀਜ਼ ਹੋਏਗਾ ਈਸਟ ਟੂ ਵੈਸਟ ਟਾਈਟਲ ਦੇ ਨਾਲ। ਇਸ ਦੇ ਨਾਲ ਹੀ ਬਿੱਗ ਬੋਏ ਦੀਪ ਦੇ ਵੱਲੋਂ ਇੱਕ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਗਈ ਸੀ। BBF ਯਾਨੀ ਕਿ ਬਰਾਊਨ ਬੋਇਜ਼ ਫੋਰਐਵਰ ਐਲਬਮ ਦੇ ਬਾਰੇ ਉਹਨਾਂ ਨੇ ਇੱਕ ਸਟੋਰੀ ਸ਼ੇਅਰ ਕੀਤੀ ਸੀ ਅਤੇ ਉਹਨਾਂ ਨੇ ਇਸ ਐਲਬਮ ਦੇ ਬਾਰੇ ਲਿਖਿਆ ਸੀ ਦ ਮਾਸਟਰ ਪੀਸ। ਜਾਣਕਾਰੀ ਲਈ ਦੱਸ ਦਈਏ ਕਿ 2019 ਦੇ ਵਿੱਚ ਬਰਾਊਨ ਬੋਇਜ਼ ਫੋਰਐਵਰ ਐਲਬਮ ਰਿਲੀਜ਼ ਕੀਤੀ ਗਈ ਸੀ। ਸਿੱਧੂ ਮੂਸੇਵਾਲਾ ਅਤੇ ਸਨੀ ਮਾਰਟਨ ਦਾ ਹੌਲੀ ਹੌਲੀ ਗਾਣਾ ਵੀ ਇਸ ਐਲਬਮ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ। ਬਾਅਦ ਦੇ ਵਿੱਚ ਸਿੱਧੂ ਨਾਲ ਹੋਏ ਬੀਫ ਦੇ ਪਿੱਛੋਂ ਇਸ ਐਲਬਮ ਦੇ ਵਿੱਚੋਂ ਸਨੀ ਮਾਰਟਨ ਅਤੇ ਸਿੱਧੂ ਮੂਸੇਵਾਲ ਦੇ ਗਾਣੇ ਬਿੱਗ ਬਰਡ ਦੀ ਇਸ ਐਲਬਮ ਦੇ ਵਿੱਚੋਂ ਰਿਮੂਵ ਕਰ ਦਿੱਤੇ ਗਏ ਸੀ। ਇਸ ਦੇ ਨਾਲ ਹੀ ਕਰਨ ਔਜਲੇ ਦੇ ਗੈਂਗਸਟਾ ਗਾਣੇ ਦੇ ਉੱਤੇ 100 ਮਿਲੀਅਨ ਸਪੋਟੀਫਾਈ ਸਟ੍ਰੀਮਸ ਪੂਰੀਆਂ ਹੋ ਚੁੱਕੀਆਂ ਹਨ। ਨਾਲ ਹੀ ਸਿੱਧੂ ਮੂਸੇਵਾਲੇ ਬਾਈ ਦੀ ਡੈਬਿਊ ਐਲਬਮ PBX1 ਦੇ ਉੱਤੇ ਵੀ 300 ਮਿਲੀਅਨ ਸਪੋਟੀਫਾਈ ਸਟ੍ਰੀਮਸ ਪੂਰੀਆਂ ਹੋ ਚੁੱਕੀਆਂ ਨੇ। ਇਸ ਦੇ ਨਾਲ ਹੀ ਗੱਲਬਾਤ ਸਟੈਫਲਨ ਦੀ ਕਰਾਂਗੇ। ਸਟੈਫਲਨ ਦੀ ਐਲਬਮ ਵਾਇਲੈਂਟ 54 28 ਜੂਨ ਨੂੰ ਰਿਲੀਜ਼ ਹੋਣੀ ਹੈ। ਸਿੱਧੂ ਅਤੇ ਸਟੈਫਲਨ ਦਾ ਗਾਣਾ ਇਸ ਐਲਬਮ ਦੇ ਵਿੱਚ ਰਿਲੀਜ਼ ਕੀਤਾ ਜਾਏਗਾ ਦੈਲਮਾ ਟਾਈਟਲ ਦੇ ਨਾਲ। ਸਟੈਫਲਨ ਦੇ ਵੱਲੋਂ ਇਹ ਗਾਣਾ ਆਪਣੇ ਇੰਸਟਾਗ੍ਰਾਮ ਉੱਤੇ ਕਈ ਵਾਰੀ ਸੁਣਾਇਆ ਗਿਆ ਹੈ। ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਦੇ ਵਿੱਚ ਅਤੇ ਸਨੈਪਚੈਟ ਸਟੋਰੀ ਦੇ ਵਿੱਚ ਇਸ ਗਾਣੇ ਨੂੰ ਯੂਜ਼ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤੀ ਹੈ। ਕਿਤੇ ਨਾ ਕਿਤੇ ਇਸ ਗਾਣੇ ਦੀ ਲੰਬੇ ਟਾਈਮ ਤੋਂ ਉਡੀਕ ਹੋ ਰਹੀ ਹੈ ਅਤੇ ਫਾਈਨਲੀ ਹੁਣ ਇਹ ਗਾਣਾ ਰਿਲੀਜ਼ ਹੋਣ ਵਾਲਾ ਹੈ। ਬਾਕੀ ਕਿੰਨੀ ਕੁ ਉਡੀਕ ਹੈ ਤੁਹਾਨੂੰ ਇਸ ਗਾਣੇ ਦੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਦਿਓ। ਮਿਊਜ਼ਿਕ ਇੰਡਸਟਰੀ ਨਾਲ ਜੁੜੀਆਂ ਹੋਈਆਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।